ਮੱਥਰ ਤੋਂ ਕਰ ਦੇਣਾ ਪ੍ਰਧਾਨ। ਹਾਂਜੀ ਲਬਾਣਾ ਜੀ, ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੇ ਹੋ, ਪੁਤਲੇ ਫੁੱਕੇ ਜਾ ਰਹੇ ਆ, ਕੀ ਮੰਗਾਂ ਨੇ ਜੀ? ਮੰਗਾਂ ਤਾਂ ਦੇਖੋ ਕਿਸੇ ਦੇ 13.5 ਸਾਲਾਂ ਤੋਂ ਲਗਾਤਾਰ ਚੱਲ ਡੀਏ ਦੀਆਂ ਕਿਸ਼ਤਾਂ ਦੀ ਮੰਗਾਂ, ਡੀਏ ਦੇ ਬਕਾਏ ਦੀ ਮੰਗਾਂ ਹੈਗੀਆਂ, ਜਿਹੜੇ ਕੱਚੇ ਕਾਮੇ ਨੇ ਉਹਨਾਂ ਨੂੰ ਪੱਕੇ ਕਰਨ ਦੀਆਂ ਮੰਗਾਂ ਹੈਗੀਆਂ। 2016 ਦੇ ਵਿੱਚ ਪੰਜਾਬ ਦਾ ਪੇ ਕਮਿਸ਼ਨ ਜੋ ਹੈ ਉਹ ਹੁਣ ਤੱਕ ਉੱਠ ਦਾ ਬੁੱਲ ਬਣਿਆ ਹੋਇਆ। 3 ਵਾਰੀ ਉਹਦੀਆਂ ਡੇਟਾਂ ਜਿਹੜੀ ਚੇਂਜ ਹੋ ਗਈਆਂ, 2 ਵਾਰੀ ਉਹਦੇ ਚੇਅਰਮੈਨ ਬਦਲ ਗਏ, ਉਹਦਾ ਸਟਾਫ ਬਦਲ ਗਿਆ। ਵਿੱਤ ਮੰਤਰੀ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਵੀ 30 ਜੂਨ ਨੂੰ ਪੇ ਕਮਿਸ਼ਨ ਦੀ ਰਿਪੋਰਟ ਜਿਹੜੀ ਹੈ ਉਹ ਬਕਾਇਦਾ ਤੌਰ 'ਤੇ ਸਰਕਾਰ ਦੇ ਦੇਗੀ ਮੁਲਾਜ਼ਮਾਂ ਲਈ ਪੈਨਸ਼ਨਰ। 30 ਜੂਨ ਆਉਣ ਵਾਲੀ ਹੈ, ਹੁਣ ਸਰਕਾਰ ਨੇ ਉਹਨੂੰ ਡੈਫਰ ਕਰ ਦਿੱਤਾ ਔਰ 31 ਦਸੰਬਰ ਤੱਕ ਉਹ ਰਿਪੋਰਟ ਨੂੰ ਡਿਲੇ ਕਰ ਦਿੱਤਾ। ਇਸ ਤੋਂ ਜਾਪਦਾ ਮੁਲਾਜ਼ਮ ਨੂੰ ਪੈਨਸ਼ਨਰਜ਼ ਨੂੰ ਕਿ ਸਰਕਾਰ ਜਿਹੜੀ ਹੈ ਉਹ ਰਿਪੋਰਟ ਦੇਣ ਦੀ ਇੱਛਕ ਨਹੀਂ ਹੈ, ਮੂਡ ਦੇ ਵਿੱਚ ਨਹੀਂ ਹੈ। ਸੋ ਅੱਜ ਸਾਰੇ ਪੰਜਾਬ ਦੇ ਡਿਸਟ੍ਰਿਕਟ ਹੈੱਡਕੁਆਟਰਾਂ 'ਤੇ ਵਿੱਤ ਮੰਤਰੀ ਦੀ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜ ਕੇ ਇਸ ਗੱਲ ਦਾ ਪ੍ਰੋਟੈਸਟ ਕਰ ਰਹੇ ਹਾਂ, ਇਸ ਗੱਲ ਦਾ ਸਿਆਪਾ ਕਰ ਰਹੇ ਹਾਂ ਕਿ ਜਿਹੜੀ ਰਿਪੋਰਟ 30 ਜੂਨ ਨੂੰ ਦਿੱਤੀ ਜਾਣੀ ਸੀਗੀ ਉਹ ਸਰਕਾਰ ਨੇ ਜਾਣ ਬੁੱਝ ਕੇ ਡਿਲੇ ਕੀਤੀ ਹੈ। 2004 ਤੋਂ ਬਾਅਦ ਪੈਨਸ਼ਨ ਡਿਲੇ ਕੀਤੀ ਹੈ, ਕੱਚੇ ਕਾਮੇ ਨੂੰ ਪੱਕੇ ਕਰਨ ਦਾ ਮਾਮਲਾ ਜਿਹੜਾ ਸੀਗਾ ਉਹ ਡਿਲੇ ਕੀਤਾ, ਹੋਰ ਇਸ਼ੂ ਜਿਹੜੇ ਨੇ ਮੁਲਾਜ਼ਮਾਂ ਦੇ ਉਹ ਸਾਰੇ ਡਿਲੇ ਕੀਤੇ ਨੇ। ਸੋ ਪ੍ਰੋਟੈਸਟ ਜਿਹੜਾ ਹੈ ਉਹ ਜਾਰੀ ਹੈ ਅਤੇ ਤਮਾਮ ਪੰਜਾਬ ਦਾ ਮੁਲਾਜ਼ਮ ਜੋ ਹੈ ਉਹ 3 ਜੁਲਾਈ ਨੂੰ ਜਿਹੜੀ ਸਾਂਝੀ ਰੈਲੀ ਹੋ ਰਹੀ ਹੈ ਟੀਚਰਾਂ ਦੀ, ਉਹਦੇ ਵਿੱਚ ਬਕਾਇਦਾ ਤੌਰ